ਆਦਮੀ ਨੂੰ ਮੈਨੂੰ ਮਾਰਨਾ ਨਹੀਂ ਤਾਂ ਜੇ ਮੇਰੇ ਤਾਂ ਦੋ ਤੋਲੇ ਦੀ ਚੰਨੀ ਗੁਆਚ ਗਈ, ਉਹਦਾ ਭਰਪਾਈ ਕੌਣ ਕਰੇਗਾ? ਮੇਰੀ ਦੁਕਾਨ ਬੰਦ ਹੋ ਗਈ, ਉਹਦੀ ਭਰਪਾਈ ਕੌਣ ਕਰੇਗਾ? ਲੁਧਿਆਣਾ ਦੇ ਮਸ਼ਹੂਰ ਪੰਡਿਤ ਪਰੌਂਠੇ ਵਾਲਿਆਂ ਦਾ ਨਵਾਂ ਪੰਗਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਇਸ ਢਾਬੇ ਦੇ ਸਾਹਮਣੇ ਉਸ ਔਰਤ ਦੀ ਦੁਕਾਨ ਹੈ ਤਾਂ ਇਸ ਦੇ ਵੱਲੋਂ ਕਿਹਾ ਗਿਆ ਕਿ ਪੰਡਿਤ ਵੱਲੋਂ ਸ਼ਰੇਆਮ ਆ ਕੇ ਹੱਥੋਪਾਈ ਕੀਤੀ ਗਈ, ਔਰਤ ਅਤੇ ਉਸਦੇ ਪਤੀ ਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ ਔਰ ਦੋਵੇਂ ਹਸਪੀਟਲ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਦੱਸ ਦਈਏ ਕਿ ਪੀੜਤ ਮੀਨਾਕਸ਼ੀ ਨੇ ਦੱਸਿਆ ਕਿ ਉਸਦੀ ਦੁਕਾਨ ਲੁਧਿਆਣਾ ਦੀ ਘਾਸ ਮੰਡੀ ਚੌਂਕ ਸਥਿਤ ਪੰਡਿਤ ਪਰੌਂਠਾ ਵੇਚਣ ਵਾਲੇ ਦੇ ਸਾਹਮਣੇ ਹੈ। ਬੁੱਧਵਾਰ ਦੀ ਰਾਤ ਉਸਦਾ ਪਤੀ ਦੁਕਾਨ ਤੇ ਖਾਣਾ ਖਾ ਰਿਹਾ ਸੀ ਜਦੋਂ ਉਹ ਉੱਥੇ ਕੰਮ ਕਰ ਰਹੀ ਸੀ। ਮੀਨਾਕਸ਼ੀ ਨੇ ਦੱਸਿਆ ਕਿ ਪੰਡਿਤ ਪਰੌਂਠੇ ਦੀ ਦੁਕਾਨ ਦਾ ਸੰਚਾਲਕ ਉਸਦੀ ਦੁਕਾਨ ਤੇ ਆਇਆ ਤੇ ਉਸਦੀ ਬੇਵਜ੍ਹਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਕੁੱਕਰ ਦੇ ਨਾਲ ਹਮਲਾ ਕੀਤਾ, ਇੱਥੋਂ ਤੱਕ ਕਿ ਉਸਦੇ ਗਲ ਦੇ ਵਿੱਚ ਪਾਈ ਚੇਨ ਵੀ ਟੁੱਟ ਗਈ। ਤਾਂ ਪੰਡਿਤ ਪਰੌਂਠੇ ਵਾਲਿਆਂ ਦੇ ਵੱਲੋਂ ਵੀ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ। ਉਹਨਾਂ ਨੇ ਕਿਹਾ ਕਿ ਮਰਦਾਂ ਦੀ ਲੜਾਈ ਸੀ, ਔਰਤ ਨੂੰ ਜਾਣ ਬੁੱਝ ਕੇ ਅੱਗੇ ਕੀਤਾ ਗਿਆ। ਤਾਂ ਇਸ ਔਰਤ ਦੇ ਵੱਲੋਂ ਕਿਹਾ ਗਿਆ ਕਿ ਖਾਲੀ ਸ਼ਰਾਬ ਦੀਆਂ ਬੋਤਲਾਂ ਨੂੰ ਸਾਡੀ ਦੁਕਾਨ ਦੇ ਅੱਗੇ ਸੁੱਟਿਆ ਜਾਂਦਾ। ਇਸ ਮੌਕੇ ਦੋਵੇਂ ਤਰ੍ਹਾਂ ਆਮੋ ਸਾਹਮਣੇ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮਬਾਜ਼ੀ ਲਗਾ ਰਹੀਆਂ ਨੇ। ਮੇਰੇ ਹਸਬੈਂਡ ਰੋਟੀ ਖਾਣ ਲੱਗੇ ਸੀ, ਪੰਡਿਤ ਆਇਆ, ਉਹਨਾਂ ਨੇ ਮੇਰੇ ਹਸਬੈਂਡ ਦੇ ਕੋਲਰ ਨੂੰ ਫੜਿਆ, ਬਾਹਰ ਆ ਕੇ ਚਪੇਟਾਂ ਮਾਰਨ ਲੱਗ ਗਏ, ਮੈਨੂੰ ਵੀ ਮਾਰਿਆ, ਕੁੱਕਰ ਦਾ ਢੱਕਣ ਮਾਰਿਆ, ਪੇਟੀ ਚੁੱਕ ਕੇ ਮਾਰਨ ਲੱਗੇ ਸੀ, ਮੈਂ ਹਾਲੇ ਫੜਾਈ, ਮੈਨੂੰ ਵੀ ਮਾਰਿਆ, ਉਹਦੇ ਅੱਗੋਂ ਦੁਕਾਨ ਦਾ ਪਹੀਆ ਆਇਆ, ਉਹਨੇ ਵੀ ਮੈਨੂੰ ਚਪੇਟਾਂ ਮਾਰੀਆਂ, ਮੇਰੇ ਬਾਲ ਪੁੱਟਲੇ, ਮੇਰੀ ਚੈਨ ਨਹੀਂ ਪਾਈ ਸੀ, ਉਹ ਵੀ ਖਿੱਚਲੀ, ਕਹਿੰਦਾ ਆਪ ਨਹੀਂ ਪਤਾ, ਮੈਨੂੰ ਤਾਂ ਦੇਖਿਆ ਹੀ ਨਹੀਂ, ਉਹ ਕਹਿੰਦੇ ਗਲਾਸ ਤੋੜਿਆ ਮੇਰੇ ਦਾ, ਮੈਂ ਤਾਂ ਦੇਖਿਆ ਹੀ ਨਹੀਂ ਗਲਾਸ ਤੋੜਦੇ ਹੋਏ, ਮੈਨੂੰ ਤਾਂ ਕੁਛ ਵੀ ਨਹੀਂ ਪਤਾ, ਉਹ ਤਾਂ ਆਪਣੇ ਆਪ ਹੀ ਆਏ ਜੀ, ਕਿਸੇ ਨੇ ਵੀ ਨਹੀਂ ਦੇਖਿਆ ਗਲਾਸ ਤੋੜਦੇ ਹੋਏ ਮੇਰੇ ਆਦਮੀ ਨੂੰ, ਮੇਰਾ ਤਾਂ ਆਦਮੀ ਰੋਟੀ ਖਾਣ ਲੱਗਾ ਸੀ, ਆਹ ਦੇਖੋ ਸਾਰਾ ਮਾਰਿਆ ਮੈਨੂੰ, ਚੈਨੀ ਵੀ ਮੇਰੀ ਤੋੜਤੀ ਹੈਗੀ, ਚੈਨੀ ਵੀ ਮੇਰੀ ਖੋਲੀ, ਪਤਾ ਨਹੀਂ ਕਿੱਥੇ ਗਈ, ਮੇਰੀ ਚੈਨੀ ਵੀ ਪਵਾਤੀ ਹੈਗੀ, ਮੈਂ ਤਾਂ ਦੁਕਾਨ ਦੀ ਵੀ ਸੁੱਧ ਬੁੱਧ ਕੋਈ ਨਹੀਂ ਸੀ, ਮੇਰਾ ਤਾਂ ਆਦਮੀ ਡਿਪਰੈਸ਼ਨ ਵਿੱਚ ਆ, ਉਹਨੂੰ ਤਾਂ ਟੋਰਚਰ ਕਰਦੇ ਆ ਚਾਰ ਚਾਰ ਦਿਨ ਬਾਅਦ, ਸ਼ਰਾਬਾਂ ਦੀ ਬੋਤਲਾਂ ਸਾਡੀ ਦੁਕਾਨਾਂ ਦੇ ਅੱਗੇ ਸੁੱਟਦੇ ਹੈਗੇ ਆ। ਕਿੰਨੇ ਕੁ ਬੰਦੇ ਸੀਗੇ ਉਹ? ਹੈਂ, ਸਾਰੀ ਦੁਕਾਨ ਦੇ ਬੰਦੇ ਆ ਗਏ, ਉਹਦਾ ਮੁੰਡਾ ਮੈਨੂੰ ਕਹਿੰਦਾ ਨੱਚਦੀ ਆ, ਮੈਂ ਕੋਈ ਕੰਜਰੀ ਥੋੜੀ ਆ, ਤੁਸੀਂ ਏਦਾਂ ਦੀ ਲੈਂਗੁਏਜ ਯੂਜ਼ ਕਰਦੇ ਹੋ, ਤੁਸੀਂ ਇੱਕ ਲੇਡੀਜ਼ ਨੂੰ ਕੀ ਗੱਲ, ਸੜਕ ਤੇ ਖੜੇ ਹੋ ਕੇ ਗੱਲਾਂ ਕਰਦੇ ਹੋ? ਕਿਸ ਚੀਜ਼ ਨਾਲ ਮਾਰਿਆ ਤੁਹਾਡੇ ਨਾਲ, ਕਿਸ ਚੀਜ਼ ਤੇ ਹਮਲਾ ਕੀਤਾ ਜੀ, ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ? ਮਾਰਿਆ ਮੈਨੂੰ, ਇਹ ਦੇਖੋ ਨੋਂਦਰਾ ਮਾਰੀਆਂ, ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਤੇ? ਮੇਰੇ ਆਦਮੀ ਤੇ ਕੁੱਕਰ ਦਾ ਟੱਕਰ ਮਾਰਿਆ, ਪੇਟੀਆਂ ਮਾਰੀਆਂ, ਰੋਜ਼ ਸ਼ਰਾਬਾਂ ਪੀਂਦੇ ਦੁਕਾਨ ਦੇ ਬਾਹਰ ਆ ਗਈ, ਸ਼ਰਾਬਾਂ ਪੀਂਦੇ ਰਾਤੀ ਰਾਤੀ ਨਚਕਾਰ ਲੱਗਾ ਰਹਿੰਦਾ, ਸੜਕਾਂ ਤੇ ਟ੍ਰੈਫਿਕ ਜਾਮ ਹੁੰਦਾ। ਇਹਨਾਂ ਜੀ ਸਾਡੇ ਪਿਛਲੇ 3 ਮਹੀਨੇ ਤੋਂ ਅੰਕਲ ਸ਼ਰਾਬ ਪੀ ਕੇ ਰਾਤ ਨੂੰ ਸਾਨੂੰ ਗਾਲਾਂ ਕੱਢਦੇ ਆ। ਠੀਕ ਹੈ ਜੀ। ਸਾਡੇ ਨਾ ਸਾਡੇ ਗਲਾਸ ਚੱਕ ਕੇ ਲੋਕਾਂ ਤੋਂ ਉਹ ਸਾਡੇ ਤੇ ਸੁੱਟਦੇ ਆ ਹਰ ਰੋਜ਼, ਤੇ ਸਾਡੀ ਨਾਲ ਬਿਲਕੁਲ ਸ਼ਟਰ ਦੇ ਨਾਲ ਬਾਥਰੂਮ ਕਰਦੇ ਆ ਨੰਗੇ ਹੋ ਕੇ। ਅਸੀਂ ਕਿੰਨੀ ਵਾਰੀ ਸਮਝਾਇਆ ਤਾਂ ਸਾਡੇ ਨਹੀਂ ਕਿ ਰਾਤ ਨੂੰ ਸ਼ਰਾਬ ਪੀ ਕੇ, ਰੋਜ਼ ਇਹਨਾਂ ਨੇ ਕਰਨਾ ਸਾਡੇ ਕੋਲ, ਰੋਜ਼ ਦੀ ਵੀਡੀਓ ਹੈ ਸਾਡੇ ਕੋਲ, CCTV ਵੀ ਹੈਗੀ। ਅੱਜ ਵੀ ਇਹਨਾਂ ਨੇ ਕੀ ਕੀਤਾ, ਸਾਡੇ ਵੱਲ ਨੂੰ ਗਲਾਸ ਮਾਰਿਆ, ਅਤੇ ਜਦੋਂ ਮੇਰੇ ਡੈਡੀ ਉਹਨਾਂ ਵੱਲ ਨੂੰ ਗਏ ਕਿ ਹਾਂ ਤੂੰ ਗਲਾਸ ਕਾਹਤੋਂ ਮਾਰਿਆ, ਫਿਰ ਇਹਨੇ ਮਾਂ ਭੈਣ ਦੀ ਗੱਲਾਂ ਹੱਥੋਂ ਪਾਈ ਕਰਨੀ ਸਟਾਰਟ ਕਰਤੀ। ਠੀਕ ਹੈ ਜੀ। ਹੱਥੋਂ ਪਾਈ ਹੋਣ ਤੋਂ ਬਾਅਦ ਫਿਰ ਲੋਕਾਂ ਨੇ ਛੁਡਵਾ ਛੁਡੂ ਦਿੱਤਾ, ਫਿਰ ਇਹਦੀ ਵਾਈਫ ਜਾਣ ਜਾਣ ਕੇ ਅੱਗੇ ਆ ਰਹੀ ਹੈ ਕਿ ਸਾਨੂੰ ਕੁੱਟਿਆ, ਸਾਨੂੰ ਮਾਰਿਆ, ਇਹ ਸਾਡੇ ਕੋਲ ਸਾਰੀ CCTV ਹੈ। ਅਸੀਂ ਮੀਡੀਆ ਨੂੰ ਇਹੀ ਬੇਨਤੀ ਕਰਦੇ ਹਾਂ ਜੇ ਤੁਸੀਂ ਚਲਾਉਣੀ ਹੈ ਰਿਕਾਰਡਿੰਗ ਤਾਂ CCTV ਨਾਲ ਚਲਾਈਓ, ਸਾਡਾ ਪੱਖ ਵੀ ਰੱਖਿਓ ਕਿ ਆਹ CCTV ਦੇਖ ਲਓ, ਅਸੀਂ ਕਿਸੇ ਲੇਡੀਜ਼ 'ਤੇ ਹੱਥ ਨਹੀਂ ਚੱਕਿਆ, ਉਹਦੇ 'ਚ ਸਾਫ਼ ਸਾਫ਼ ਆ ਰਿਹਾ ਅਤੇ ਇਹ ਸਾਡੇ ਬੋਤਲਾਂ ਮਾਰਦਾ ਅਤੇ ਬਾਥਰੂਮ ਕਰਦਾ ਆ ਕੇ ਇਹਦਾ ਵੀ ਆ ਰਿਹਾ।